ਧਰਤੀ ਦੇ ਉੱਤੇ
ਬਨਸਪਤੀ ਤੇ ਨਾਲ ਤੋਂ ਆਖਦੇ ਨੇ ਤੀਸਰੀ ਗੱਲ ਦੇ ਬਸੰਤ ਦੀ ਰੁੱਤ ਵਿੱਚ ਖਿੜੇ ਹੋਏ ਫੁੱਲ ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ। ਫਿਰ ਨਾਰਾਇਣ ਭੱਟ ਸਾਹਿਬਾਨ ਆਖਦੇ ਨੇ ਰਵ ਸੱਸ ਕਿਰਨ ਸੂਰਜ ਤੇ ਚੰਦਰਮਾ ਦੀਆਂ ਕਿਰਨਾਂ ਉਹਨਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਨਾਲ ਹੋਰ ਗੱਲ ਕਹਿੰਦੇ ਨੇ ਵੀ ਸਮੁੰਦਰ ਦੇ ਉੱਤੇ ਉੱਠੀਆਂ ਹੋਈਆਂ ਲਹਿਰਾਂ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਤੇ ਨਾਲ ਇੱਕ ਬੜੀ ਪਿਆਰੀ ਗੱਲ ਕਹਿੰਦੇ ਨੇ, ਉਹ ਆਖਦੇ ਨੇ ਵੀ ਜਿਵੇਂ ਸ਼ਿਵਜੀ ਬੜੀ ਡੂੰਘੀ ਸਮਾਧੀ ਲਾਉਂਦਾ ਹੈ, ਉਹ ਧਿਆਨ ਬੜਾ ਇਕਾਗਰ ਹੋ ਕੇ ਲਾਉਂਦਾ ਹੈ, ਉਹਦਾ ਧਿਆਨ ਜਿਹੜਾ ਹੈ ਦੁਨੀਆਂ ਦੇ ਅੰਦਰ ਮੰਨਿਆ ਪਰਮੰਨਿਆ ਹੋਇਆ ਹੈ। ਤੇ ਪੰਡਿਤ ਸਾਹਿਬਾਨ ਆਖਦੇ ਨੇ ਵੀ ਕੋਈ ਸ਼ਿਵਜੀ ਵਰਗਾ ਧਿਆਨ ਧਰ ਕੇ ਤੇ ਸਭ ਤੋਂ ਸ੍ਰੇਸ਼ਟ ਗਿਆਨ ਗੁਰੂ ਦਾ ਗਿਆਨ ਲੈ ਕਰਕੇ ਹੋ ਸਕਦਾ ਦੁਨੀਆਂ ਦੇ ਅੰਦਰ ਕੋਈ ਬੱਦਲਾਂ ਦੇ ਵਿੱਚੋਂ ਡਿੱਗੀਆਂ ਹੋਈਆਂ ਕਿਣੀਆਂ ਨੂੰ ਗਿਣ ਲਵੇ, ਧਰਤੀ ਦੇ ਉੱਤੇ ਉੱਗੀ ਹੋਈ ਬਨਸਪਤੀ ਨੂੰ ਗਿਣ ਲਵੇ, ਹੋ ਸਕਦਾ ਉਹ ਬਸੰਤ ਦੀ ਰੁੱਤ ਦੇ ਵਿੱਚ ਫੁੱਲਾਂ ਨੂੰ ਗਿਣ ਸਕੇ, ਹੋ ਸਕਦਾ ਉਹ ਸੂਰਜ ਤੇ ਚੰਦਰਮਾ ਦੀਆਂ ਕਿਰਨਾਂ ਤੇ ਸਮੁੰਦਰ ਦੇ ਉੱਤੇ ਉੱਠੀਆਂ ਹੋਈਆਂ ਲਹਿਰਾਂ ਨੂੰ ਗਿਣ ਲਵੇ। ਪਰ ਆਖਦੇ ਨੇ ਮੈਂ ਧੰਨ ਗੁਰੂ ਗੁਰੂ ਅਮਰਦਾਸ ਮਹਾਰਾਜ, ਤੁਹਾਡੀ ਗੁਣ ਇੰਨੇ ਨੇ ਤੁਹਾਡੇ ਅੰਦਰ ਕਿ ਕੋਈ ਵੀ ਮਨੁੱਖ ਉਸਨੂੰ ਬਿਆਨ ਨਹੀਂ ਕਰ ਸਕਦਾ। ਤੁਹਾਡੀ ਉਪਮਾ ਕੇਵਲ ਤੇ ਤੁਹਾਡੀ ਉਪਮਾ ਹੈ, ਉਹ ਤੁਹਾਡੇ ਨਾਲ ਹੀ ਸ਼ੁਭਦੀ ਹੈ। ਭੱਲੇ ਅਮਰਦਾਸ ਗੁਣ ਤੇਰੇ, ਤੁਹਾਡੇ ਇਹੋ ਜਿਹੇ ਗੁਣ ਨੇ, ਤੇਰੀ ਉਪਮਾ ਤੋਕੇ ਬਨ ਆਵੇ। ਤੁਹਾਡੀ ਸਿਫਤ ਕੋਈ ਆਮ ਮਨੁੱਖ ਨਹੀਂ ਕਰ ਸਕਦਾ, ਕਿਉਂਕਿ ਤੁਹਾਡੀ ਸਿਫਤ ਤੁਹਾਡੀ ਹੈ। ਇਹੋ ਜਿਹੇ ਮਹਾਨ ਸਤਿਗੁਰੂ ਧੰਨ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ 5 ਮਈ ਸੰਨ 1479 ਦੇ ਅੰਦਰ ਪਿੰਡ ਬਾਸਰ ਕੇ ਪਿਤਾ ਦਾ ਨਾਮ ਹੈ ਪਿਤਾ ਤੇਜ ਭਾਨ ਜੀ ਤੇ ਮਾਤਾ ਦਾ ਨਾਮ ਹੈ ਮਾਤਾ ਲਕਸ਼ਮੀ ਜੀ, ਕੁਝ ਇਤਿਹਾਸਕਾਰਾਂ ਨੂੰ ਜੀ ਦੀ ਲਖੋ ਵੀ ਲਿਖਿਆ ਹੈ। ਬਾਸਰ ਕੇ ਪਿੰਡ ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਹੋਇਆ। ਪਰ ਥੋੜ੍ਹੀ ਜਿਹੀ ਪਰਿਵਾਰਕ ਪਿਛੋਕੜ ਮੈਂ ਆਪ ਜੀ ਦੇ ਨਾਲ ਜ਼ਰੂਰ ਸਾਂਝਾ ਕਰਨਾ ਚਾਹਾਂਗਾ, ਕਿਉਂਕਿ ਕਈ ਵਾਰ ਅਸੀਂ ਓਪਰੀਆਂ ਓਪਰੀਆਂ ਗੱਲਾਂ ਕਰਕੇ ਇਹ ਇਤਿਹਾਸ ਦਾ ਉਹ ਪੱਖ ਜਿਹੜਾ ਹੈ ਆਪਣੀ ਪਕੜ ਦੇ ਵਿੱਚ ਹੀ ਰੱਖਦੇ। ਸਾਨੂੰ ਉਹ ਇਤਿਹਾਸ ਪੱਖ ਨੂੰ ਪਕੜ ਵਿੱਚ ਰੱਖਣਾ ਚਾਹੀਦਾ ਹੈ। ਬਾਬਾ ਤੇਜ ਭਾਨ ਜੀ ਦੇ 4 ਪੁੱਤਰ ਹੋਏ। ਥੋੜ੍ਹਾ ਜਿਹਾ ਇਕਾਤਰ ਨਾ ਸੁਣਿਓ ਔਰ ਇਹ ਪੱਲੇ ਬਹਿ ਕੇ ਲੈ ਕੇ ਜਾਇਓ, ਇਤਿਹਾਸਕ ਸਾਡੀ ਵਿਚਾਰ ਹੈ। ਬਾਬਾ ਤੇਜ ਭਾਨ ਦੇ 4 ਪੁੱਤਰ ਨੇ। ਸਭ ਤੋਂ ਵੱਡੇ ਪੁੱਤਰ ਬਾਬਾ ਅਮਰਦਾਸ ਜੀ ਨੇ, ਉਸ ਤੋਂ ਛੋਟੇ ਬਾਬਾ ਈਸ਼ਰਦਾਸ ਜੀ ਨੇ, ਉਸ ਤੋਂ ਛੋਟੇ ਬਾਬਾ ਖੀਮ ਰਾਏ ਜੀ ਨੇ, ਔਰ ਚੌਥੇ ਨੰਬਰ ਤੇ ਸਭ ਤੋਂ ਛੋਟੇ ਬਾਬਾ ਮਾਨਕ ਚੰਦ ਜੀ ਨੇ। ਔਰ ਬਾਬਾ ਅਮਰਦਾਸ ਜੀ ਦੇ ਘਰ 2 ਪੁੱਤਰ ਤੇ 2 ਪੁੱਤਰੀਆਂ ਪੈਦਾ ਹੋਈਆਂ। ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ 2 ਪੁੱਤਰ, ਬੀਬੀ ਭਾਨੀ ਤੇ ਬੀਬੀ ਦਾਨੀ, ਇਹ 2 ਪੁੱਤਰੀਆਂ ਪੈਦਾ ਹੋਈਆਂ। ਬਾਬਾ ਅਮਰਦਾਸ ਤੋਂ ਛੋਟੇ ਨੇ ਬਾਬਾ ਈਸ਼ਰਦਾਸ ਜੀ। ਬਾਬਾ ਈਸ਼ਰਦਾਸ ਜੀ ਘਰ ਸੰਤਾਨ ਪੈਦਾ ਹੋਈ। ਮੇਰਾ ਖਿਆਲ ਹੈ ਆਪਾਂ ਉਹਨਾਂ ਨੂੰ ਬਹੁਤ ਯਾਦ ਕਰਦੇ ਹਾਂ।
ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਉਹਨਾਂ ਨੇ ਕੀਤੀ, ਉਹਨਾਂ ਦੀ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਰਕੇ ਸਾਹਿਬਾਂ ਨੇ ਸਤਿਕਾਰਿਆ, ਨਵਾਜਿਆ। ਭਾਈ ਸਾਹਿਬ ਭਾਈ ਗੁਰਦਾਸ ਜੀ, ਉਹਨਾਂ ਦੇ ਪਿਤਾ ਜੀ ਨੇ ਬਾਬਾ ਈਸ਼ਰਦਾਸ ਜੀ, ਕਹਿਣ ਤੋਂ ਭਾਵ ਬਾਬਾ ਅਮਰਦਾਸ ਦੇ ਭਤੀਜੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ। ਉਸ ਤੋਂ ਛੋਟੇ ਨੇ ਬਾਬਾ ਤੇਗ ਬਹਾਦਰ ਜੀ ਦੇ ਸਪੁੱਤਰ ਬਾਬਾ ਖੇਮ ਰਾਏ ਜੀ, ਉਹਨਾਂ ਦੇ ਘਰ ਬਾਬਾ ਸਾਵਨ ਮੱਲ ਜੀ ਪੈਦਾ ਹੋਏ ਨੇ, ਔਰ ਸਭ ਤੋਂ ਛੋਟੇ ਬਾਬਾ ਮਾਣਕ ਚੰਦ ਜੀ। ਬਾਬਾ ਮਾਣਕ ਚੰਦ ਜੀ ਦੇ ਘਰ ਭਾਈ ਜੱਸੂ ਜੀ ਪੈਦਾ ਹੋਏ। ਇਸ ਕੜੀ ਨੂੰ ਅੱਗੇ ਜਾ ਕੇ ਜੁੜਨਾ ਹੈ, ਧਿਆਨ ਰੱਖਣਾ ਤੁਸੀਂ। ਬਾਬਾ ਜੱਸੂ ਜੀ ਜਿਹੜੇ ਨੇ, ਉਹਨਾਂ ਦੀ ਸ਼ਾਦੀ ਜਿਹੜੀ ਹੈ ਉਹ ਬੀਬੀ ਅਮਰੋ ਜੀ ਦੇ ਨਾਲ ਹੁੰਦੀ ਹੈ, ਤੇ ਬੀਬੀ ਅਮਰੋ ਜੀ ਧੰਨ ਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਪੁੱਤਰੀ ਹੈ, ਇਹ ਉਹਨਾਂ ਦਾ ਪਰਿਵਾਰ ਹੈ। ਸਮਾਂ ਤੋਰ ਤੁਰਦਾ ਗਿਆ, ਇਤਿਹਾਸ ਲਿਖਤਾ ਵੀ ਬਾਬਾ ਤੇਜ ਭਾਨ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਿਤਾ ਜੀ, ਉਹ ਖੇਤੀਬਾੜੀ ਕਰਦੇ ਨੇ ਤੇ ਨਾਲ ਇੱਕ ਹੱਟੀ ਜਾਂ ਵਪਾਰਕ ਤੌਰ ਤੇ ਉਪਜ ਕਰਦੇ ਨੇ। ਸਮਾਂ ਟੁੱਟ ਟੁੱਟਦਾ ਗਿਆ ਤੇ ਆਖਰ ਬਾਬਾ ਤੇਜ ਭਾਨ ਜਿਹੜੇ ਨੇ ਉਹ ਚੜ੍ਹਾਈ ਕਰ ਜਾਂਦੇ ਨੇ ਤੇ ਬਾਬਾ ਅਮਰਦਾਸ ਜੀ ਦੇ ਮੁੰਡਿਆਂ ਦੇ ਉੱਤੇ ਪਰਿਵਾਰਕ ਜ਼ਿੰਮੇਵਾਰੀ ਜਿਹੜੀ ਹੈ ਉਹ ਸਾਰੀ ਪੈਦਾ ਹੋ ਜਾਂਦੀ ਹੈ। ਔਰ ਇਤਿਹਾਸ ਇਹ ਵੀ ਗੱਲ ਲਿਖਦਾ ਬਾਬਾ ਅਮਰਦਾਸ ਜੀ ਨੇ ਆਪਣੇ ਤਿੰਨੇ ਭਰਾਵਾਂ ਦੀ ਸ਼ਾਦੀ ਆਪਣੀ ਸ਼ਾਦੀ ਤੋਂ ਪਹਿਲਾਂ ਕਰਵਾ ਕੇ ਤੇ ਆਖਰ ਦੇ ਵਿੱਚ ਉਹਨਾਂ ਨੇ ਸ਼ਾਦੀ ਜਿਹੜੀ ਹੈ ਉਹ ਕੀਤੀ ਹੈ। ਸਮਾਂ ਟੋਲ ਟੁਰਦਾ ਗਿਆ, ਬਾਬਾ ਅਮਰਦਾਸ ਉਹਨਾਂ ਦੇ ਜੀਵਨ ਦੇ 40 ਸਾਲ ਉਹ ਬਤੀਤ ਹੋ ਚੁੱਕੇ ਨੇ ਕਿ ਬਾਬਾ ਅਮਰਦਾਸ ਜੀ ਦੇ ਮਨ ਵਿੱਚ ਇੱਕ ਖਿਆਲ ਪੈਦਾ ਹੁੰਦਾ, ਜੀਵਨ ਦਾ ਵਡੇਰਾ ਸਮਾਂ ਜਿਵੇਂ ਗਵਾਚ ਗਿਆ, ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਪਤਾ ਹੀ ਨਹੀਂ ਲੱਗਾ, ਮੈਂ ਤੇ ਜੀਵਨ ਦੇ ਅੰਦਰ ਕੋਈ ਧਰਮ ਦਾ ਕੰਮ ਜਿਹੜਾ ਹੈ ਉਹ ਹੀ ਨਹੀਂ ਕੀਤਾ, ਧਰਮ ਦਾ ਕੰਮ ਮੈਂ ਤੇ ਕੋਈ ਨਹੀਂ ਕੀਤਾ। ਆਖਰ ਉਸ ਧਰਮ ਦੇ ਕੰਮ ਕਰਨ ਦੀ ਪ੍ਰੇਰਨਾ ਮਨ ਵਿੱਚੋਂ ਪੈਦਾ ਹੋਈ ਤੇ ਬਾਬਾ ਅਮਰਦਾਸ ਜੀ ਨੇ ਯਾਤਰਾਵਾਂ ਜਿਹੜੀਆਂ ਸਨ ਉਹ ਆਪਣੀ ਜ਼ਿੰਦਗੀ ਦੇ ਅੰਦਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਬਾਬਾ ਅਮਰਦਾਸ ਜੀ ਨੇ ਹਰਿਦੁਆਰ ਦੀ ਧਰਤੀ ਦੇ ਉੱਤੇ ਜਾਣਾ, ਇਸ਼ਨਾਨ ਪਾਨ ਕਰਨਾ, ਦਾਨ ਕਰਨਾ, ਔਰ ਇਸ ਸਾਰੇ ਕਰਮ ਨੂੰ ਉਹਨਾਂ ਨੇ ਧਰਮ ਦਾ ਕਰਮ ਜਿਹੜਾ ਸੀ ਉਹ ਮੰਨ ਕੇ ਕਰਨ ਲੱਗ ਪਏ, ਕਿਉਂਕਿ ਉਸ ਵੇਲੇ ਤੱਕ ਉਹ ਅਜੇ ਗੁਰਮਤ ਦੇ ਪੰਘੂੜੇ ਵਿੱਚ ਨਹੀਂ ਆਏ। ਯਾਦ ਰੱਖਣ ਦੀ ਬਾਤ ਹੈ, ਗੁਰਮਤ ਉਹਨਾਂ ਨੂੰ ਆਪਣੇ ਜੀਵਨ ਦੇ ਅੰਦਰ ਨਹੀਂ ਅਪਣਾਈ। ਦੁਨੀਆ ਦੇ ਲੋਕ ਇਵੇਂ ਕਰਦੇ ਸਨ, ਤੀਰਥਾਂ ਦੇ ਉੱਤੇ ਜਾਂਦੇ ਸਨ, ਉੱਥੇ ਇਸ਼ਨਾਨ ਕਰਦੇ ਸਨ, ਦਾਨ ਕਰਦੇ ਸਨ, ਔਰ ਜ਼ਿੰਦਗੀ ਦਾ ਮਨੋਰਥ, ਜ਼ਿੰਦਗੀ ਦਾ ਮਕਸਦ ਔਰ ਧਰਮ ਦਾ ਕਰਮ ਜਿਹੜਾ ਸੀ ਕੇਵਲ ਇਹਨਾਂ ਗੱਲਾਂ ਨੂੰ ਹੀ ਆਪਣੇ ਜੀਵਨ ਦੇ ਅੰਦਰ ਅਪਣਾਇਆ ਹੋਇਆ ਸੀ। ਬਾਬਾ ਅਮਰਦਾਸ ਮਹਾਰਾਜ ਨੇ ਵੀ ਇਹੀ ਕੰਮ ਸ਼ੁਰੂ ਕੀਤਾ। ਔਰ ਖਿਆਲ ਕਰਨਾ, ਜੇ ਆਪਾਂ ਤੀਰਥਾਂ ਦੇ ਉੱਤੇ ਇਸ਼ਨਾਨ ਦੀ ਗੱਲ ਕਰੀਏ ਤੇ ਗੁਰਬਾਣੀ ਸਾਨੂੰ ਕੁਝ ਹੋਰ ਸਮਝਾਉਂਦੀ ਹੈ। ਗੁਰਬਾਣੀ ਪ੍ਰਵਾਨਗੀ ਕਰਦੀ ਕਿ ਤੂੰ ਤੀਰਥਾਂ ਦੇ ਉੱਤੇ ਇਸ਼ਨਾਨ ਕਰ। ਤੀਰਥਾਂ ਦੇ ਉੱਤੇ ਜਾ ਕਰਕੇ ਇਸ਼ਨਾਨ ਕਰਨ ਦਾ ਉਸ ਵਕਤ ਲੋਕਾਂ ਦਾ ਮਕਸਦ
ਹੋਇਆ ਕਰਦਾ ਸੀ ਕਿ ਜਿਹੜੇ ਅਸੀਂ ਕੀਤੇ ਹੋਏ ਮਾੜੇ ਕਰਮ ਨੇ, ਕੀਤੇ ਹੋਏ ਪਾਪ ਨੇ, ਉਹਨਾਂ ਨੂੰ ਤੀਰਥਾਂ ਦੇ ਉੱਤੇ ਨਹਾਤਾ ਤੇ ਧੋ ਕੇ ਵਾਪਸ ਆ ਗਏ। ਪਰ ਇਵੇਂ ਹੋਇਆ ਕਿਵੇਂ ਕਰਦਾ ਸੀ? ਸਤਿਗੁਰੂ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਮਨੁੱਖ ਨੂੰ ਸਮਝਾਉਣਾ ਕੀਤਾ। ਮਨੁੱਖ ਨੇ ਕੀ ਸਮਝਿਆ ਕਿ ਪੰਜਾਂ ਵਿਕਾਰਾਂ ਦੇ ਅਧੀਨ ਹੋ ਕਰਕੇ ਇਹਨੇ ਪਾਪ ਕਰਨੇ ਸ਼ੁਰੂ ਕਰ ਦਿੱਤੇ। ਪਾਪ ਕਰੇ ਪੰਚਾਂ ਦੇ ਵਸ ਰੇ, ਪੰਜਾਂ ਦੇ ਅਧੀਨ ਹੋ ਕੇ, ਉਹਨਾਂ ਦੇ ਵਸ ਹੋ ਕੇ ਇਹਨੇ ਪਾਪ ਕਰਨੇ ਸ਼ੁਰੂ ਕਰ ਦਿੱਤੇ। ਪਾਪ ਕਰੇ ਪੰਚਾਂ ਦੇ ਵਸ ਰੇ, ਤੀਰਥ ਨਹਾਏ ਕਹੇ ਸਭ ਉਤਰੇ। ਤੇ ਮਨ ਵਿੱਚ ਕੀ ਸੋਚਦਾ ਸੀ ਕਿ ਜਿਹੜੇ ਮੈਂ ਪਾਪ ਕਰਮ ਕੀਤੇ ਨੇ, ਮਾੜੇ ਕਰਮ ਕੀਤੇ ਨੇ, ਹੁਣ ਮੈਂ ਤੀਰਥਾਂ ਦੇ ਉੱਤੇ ਇਸ਼ਨਾਨ ਕੀਤਾ ਏ ਤੇ ਮੇਰੇ ਇਹ ਸਾਰੇ ਪਾਪ ਕਰਮ ਜਿਹੜੇ ਨੇ ਉਹ ਧੋ ਹੋ ਗਏ ਨੇ, ਖਤਮ ਹੋ ਗਏ ਨੇ। ਤੇ ਫਿਰ ਜਦੋਂ ਉਹ ਤੀਰਥਾਂ ਦੇ ਉੱਤੇ ਇਸ਼ਨਾਨ ਕਰਕੇ ਘਰ ਵਾਪਸ ਆਉਂਦਾ ਸੀ ਤੇ ਹੱਲਾ ਸ਼ਰੀਰ ਅੰਦਰੋਂ ਮਿਲ ਜਾਂਦੀ ਸੀ ਵੀ ਪਾਪ ਕਰਮ ਤੇ ਧੋਈ ਹੋ ਜਾਣੇ ਨੇ, ਖਤਮ ਹੀ ਹੋ ਜਾਣੇ ਨੇ। ਤੇ ਫਿਰ ਉਤਸ਼ਾਹ ਦੇ ਨਾਲ ਪਾਪ ਕਰਮ ਕਰਨ ਲੱਗ ਪੈਂਦਾ ਸੀ ਤੇ ਸਿਰ ਚੜ੍ਹਨ ਲੱਗੀ। ਆਖਰੀ ਦਮ ਇਹਨੂੰ ਜਮਪੁਰ ਬੰਨ ਕੇ ਜਿਹੜੇ ਸਨ ਉਹ ਲੈ ਜਾਂਦੇ ਸਨ, ਜਿਹਦਾ ਜੀਵਨ ਬਰਬਾਦ ਹੋ ਜਾਂਦਾ ਸੀ। ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੇ ਸਭ ਉਤਰੇ, ਬਹੁਤ ਮਾਵੇ ਹੋਏ ਨਸੰਖ, ਨਸੰਖ ਹੋ ਕੇ ਕਮਾਉਣ ਲੱਗ ਪੈਂਦਾ। ਜਮਪੁਰ ਬਾਂਧ ਖਰੇ ਕਲੰਕ, ਪਰ ਆਖਰੀ ਸਮੇਂ ਜਮ ਬੰਨ ਕੇ ਇਹਨੂੰ ਲੈ ਜਾਂਦੇ ਸਨ, ਜਿਹਦਾ ਜੀਵਨ ਬਰਬਾਦ ਹੋ ਜਾਂਦਾ ਸੀ। ਸਤਿਗੁਰੂ ਮਹਾਰਾਜ ਕਹਿਣ ਲੱਗੇ ਇਹ ਲੋਕ ਕਰਦੇ ਕੀ ਸਨ, ਮਨਸੇ ਵਿੱਚ ਕੀ ਧਾਰ ਕੇ ਲਿਜਾਂਦੇ ਸਨ? ਵੀ ਤੀਰਥਾਂ ਦੇ ਉੱਤੇ ਇਸ਼ਨਾਨ ਕਰਨਾ, ਤੀਰਥ ਜਾਓ ਤਾਂ ਹੌਂ ਹੌਂ ਕਰਦੇ। ਇਹ ਤੀਰਥਾਂ ਦੇ ਉੱਤੇ ਜਾਂਦੇ ਸਨ ਪਰ ਆਪਣੇ ਮਨ ਦੇ ਅੰਦਰ ਹੰਕਾਰ ਪੈਦਾ ਕਰਦੇ ਸਨ। ਤੀਰਥ ਜਾਓ ਤਾਂ ਹੌਂ ਹੌਂ ਕਰਦੇ, ਪੰਡਿਤ ਪੁੱਛੋ ਤਾਂ ਮਾਇਆ ਰੱਖਦੇ। ਇਹਨਾਂ ਨੂੰ ਪੁੱਛਿਆ ਜਾਵੇ ਤੇ ਇਹ ਮਾਇਆ ਦੇ ਵਿੱਚ ਰੁੱਤੇ ਹੋਏ ਸਨ। ਤੇ ਫਿਰ ਸਤਿਗੁਰੂ ਮਹਾਰਾਜ ਨੇ ਕਹਿ ਦਿੱਤਾ ਨਾਵਣ ਚੱਲੇ ਤੀਰਥੀ, ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਗਿਆ। ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਮਨ ਦੇ ਵਿੱਚ ਤੇ ਖੋਟ ਸੀ, ਮਨ ਖੋਟੇ ਤਨ ਚੋਰ, ਇੱਕ ਭਾਉ ਨੱਥੀ ਨਹਾਤਿਆਂ, ਦੋਏ ਭਾ ਚੜੀਏ ਸਹੋਰ, ਹੁੰਦਾ ਕੀ ਸੀ? ਆਪਣੇ ਪਾਪ ਕਰਮ ਧੋਣ ਦੇ ਵਾਸਤੇ ਤੀਰਥੇ ਉੱਤੇ ਇਸ਼ਨਾਨ ਕਰਦਾ ਸੀ, ਪਰ ਦੂਸਰਾ ਇੱਕ ਹੋਰ ਰੋਗ ਲੈ ਕੇ ਆ ਜਾਂਦਾ ਸੀ। ਉਹ ਰੋਗ ਸੀ ਹੰਕਾਰ ਦਾ, ਵੀ ਮੈਂ ਤੇ ਬੜਾ ਤੀਰਥ ਇਸ਼ਨਾਨੀ ਹੈ, ਮੈਂ ਤੇ ਬੜਾ ਧਰਮ ਕਰਮ ਕਰਨ ਵਾਲਾ ਹੈ, ਮੈਂ ਤੇ ਦਾਨ ਪੁੰਨ ਬੜਾ ਕਰਨ ਵਾਲਾ ਹੈ। ਇਹ ਜਾਂਦਾ ਤੇ ਪਾਪ ਕਰਮ ਧੋਣ ਵਾਸਤੇ ਸੀ, ਪਰ ਆਪਣੇ ਨਾਲ ਹੰਕਾਰ ਵਾਲਾ ਇੱਕ ਵਿਕਾਰ ਜਿਹੜਾ ਸੀ ਹੋਰ ਪ੍ਰਬੰਧ ਕਰਕੇ ਆਪਣੀ ਜ਼ਿੰਦਗੀ ਦੇ ਅੰਦਰ ਕਮਾਉਣ ਲੱਗ ਪੈਂਦਾ ਸੀ। ਇਹ ਸਭ ਆਖਦੇ ਨੇ ਫਿਰ ਇਹਦੀ ਜ਼ਿੰਦਗੀ ਕਿਵੇਂ ਬਰਬਾਦ ਹੋ ਜਾਂਦੀ ਸੀ ਤੇ ਇਹਦਾ ਜੀਵਨ ਕਿਵੇਂ ਵਿਅਰਥ ਚਲਾ ਜਾਂਦਾ ਸੀ। ਤੇ ਸਭ ਕਹਿਣ ਲੱਗੇ ਬਾਹਰ ਧੋਤੀ ਤੁੰਬੜੀ, ਅੰਦਰ ਬਿਸਮ ਕੋਰ, ਸਾਧ ਭਲੇ ਅਨਨਾਤਿਆਂ, ਚੋਰ ਸੇ ਚੋਰਾ ਚੋਰ। ਕਹਿਣ ਲੱਗੇ ਜਿਵੇਂ ਇੱਕ ਤੁੰਬਾ ਅੰਦਰੋਂ ਕੌੜਾ ਹੋਵੇ, ਉਹਨੂੰ ਬਾਹਰੋਂ ਹੀ ਤੌਰ ਤੇ ਪਾਣੀ ਦੇ ਨਾਲ ਜਿੰਨਾ ਮਰਜ਼ੀ ਇਸ਼ਨਾਨ ਕਰਾਈ ਜਾਓ, ਉਹਦਾ ਅੰਦਰ ਦਾ ਜਿਹੜਾ ਕੌੜਾਪਨ ਹੈ ਉਹ ਕਦੀ ਨਹੀਂ ਜਾਂਦਾ। ਇਹਨੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਜਿਹਨੇ ਚੰਗੇ ਕਰਮ ਕਰਨੇ ਨੇ, ਜਿਹੜਾ ਸਾਧ ਮਨੁੱਖ ਹੈ
ਇਹਦੀ ਪਾਵਨ ਬਾਣੀ ਦੇ ਅੰਦਰ ਡੈਫੀਨੇਸ਼ਨ ਦਿੱਤੀ ਹੈ, ਸਾਧ ਕਰਮ ਜਾਕੇ ਨਿਰਮਲ ਕਰਮ। ਸਾਧ ਉਹਨੂੰ ਆਖਦੇ ਨੇ ਜਿਹਦੇ ਚੰਗੇ ਕਰਮ ਹੁੰਦੇ ਨੇ। ਉਹ ਤੇ ਸਾਹਿਬ ਕਹਿਣ ਲੱਗੇ ਭਾਵੇਂ ਨਾਮ ਹੀ ਤੀਰਥਾਂ ਦੇ ਉੱਤੇ ਇਸ਼ਨਾਨ ਕਰੇ ਜਾ ਕੇ ਨਹਾਵੇ ਉਹ ਚੰਗਾ ਏ, ਪਰ ਜਿਹੜਾ ਚੋਰੀ ਕਰਨ ਵਾਲਾ ਪਾਪ ਕਰਨ ਵਾਲਾ ਏ ਉਹ ਭਾਵੇਂ ਤੀਰਥਾਂ ਦੇ ਉੱਤੇ ਜਿੰਨਾ ਮਰਜ਼ੀ ਜਾ ਕੇ ਇਸ਼ਨਾਨ ਕਰੀ ਜਾਵੇ ਉਹ ਚੋਰ ਦਾ ਚੋਰ ਹੀ ਰਹਿੰਦਾ। ਕਿਉਂ? ਕਿਉਂਕਿ ਅੰਦਰਲਾ ਕੌਰਾ ਮਨ, ਅੰਦਰਲੇ ਵਿਕਾਰ ਜਿਹੜੇ ਸਨ ਉਹ ਇਹਦੇ ਖਤਮ ਨਹੀਂ ਸੀ ਹੁੰਦੇ। ਬਾਬਾ ਕਬੀਰ ਜੀ ਕਹਿੰਦੇ ਨੇ ਲੋਕੀ 68 ਤੀਰਥ ਨਹਾਈ ਕੌਰਾ ਕਰਨ ਤੋਂ ਨਾ ਜਾਈ। 68 ਤੀਰਥਾਂ ਦੇ ਉੱਤੇ ਉਸ ਕੌੜੇ ਤੁੰਬੇ ਨੂੰ ਲੋਕੀ ਨੂੰ ਇਸ਼ਨਾਨ ਕਰਵਾਇਆ, ਪਰ ਉਹਦਾ ਅੰਦਰਲਾ ਕੌਰਾ ਮਨ ਜਿਹੜਾ ਸੀ ਉਹ ਗਿਆ ਨਹੀਂ, ਉਹਦੇ ਦਾ ਉਹਨੇ ਬਰਕਰਾਰ ਰਿਹਾ। ਕਿਉਂਕਿ ਬਾਹਰੀ ਤੌਰ ਤੇ ਇਸ਼ਨਾਨ ਕਰਨਾ ਉਹਦਾ ਸੰਬੰਧ ਕਦੇ ਮਨ ਦੇ ਨਾਲ ਨਹੀਂ ਹੋਇਆ ਕਰਦਾ। ਸਤਿਗੁਰ ਮਹਾਰਾਜ ਨੇ, ਧੰਨ ਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਵੀ ਇਹ ਗੱਲ ਕਹੀ। ਸਾਹਿਬ ਆਖਦੇ ਨੇ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹਸ਼ਾ ਨਾ ਹੋਏ। ਸਾਹਿਬ ਕਹਿਣ ਲੱਗੇ ਜੇ ਕਿਸੇ ਦਾ ਮਨ ਮੈਲਾ ਹੈ ਤੇ ਸਭ ਕੁਝ ਮੈਲਾ ਹੀ ਹੈ। ਕਿਉਂਕਿ ਜਿਤਨੇ ਮਨ ਦੇ ਵਿੱਚ ਫੁਰਨੇ ਪੈਦਾ ਹੋਣਗੇ ਉਹ ਵਿਕਾਰਾਂ ਵਾਲੇ ਫੁਰਨੇ ਪੈਦਾ ਹੋਣਗੇ। ਤਨ ਧੋਣ ਦੇ ਨਾਲ ਮਨ ਜਿਹੜਾ ਹੈ ਸਭ ਕਹਿਣ ਲੱਗੇ ਕਦੀ ਚੰਗਾ ਨਹੀਂ ਹੁੰਦਾ, ਨਿਰਮਲ ਨਹੀਂ ਹੁੰਦਾ, ਸਾਫ਼ ਨਹੀਂ ਹੁੰਦਾ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਇਹ ਜਗਤ ਧਰਮ ਭਲਾਇਆ ਬਿਰਲਾ ਦੂਜੇ ਕੋਈ ਕੋਈ ਬਿਰਲੇ ਤੱਕ ਨਿਰਮਾ ਕਰਦਾ ਏ ਵੀ ਮੈਂ ਗੁਰਮਤਿ ਦੀ ਕਿਸਮਤੀ ਦੇ ਉੱਤੇ ਆਪਣਾ ਜੀਵਨ ਜਿਹੜਾ ਤੋੜਾਂ। ਤੇ ਸਤਿਗੁਰ ਮਹਾਰਾਜ ਕਹਿਣ ਲੱਗੇ ਜਿਨ ਪੱਟ ਅੰਦਰ ਬਾਹਰ ਬੁੱਧੜ ਤੇ ਭਲੇ ਸੰਸਾਰ। ਸਭ ਕਹਿਣ ਲੱਗੇ ਜਿਨ੍ਹਾਂ ਨੇ ਅੰਦਰੋਂ ਤੇ ਬਾਹਰੋਂ ਇੱਕੋ ਜਿਹਾ ਕਰ ਲਿਆ ਉਹੀ ਸੰਸਾਰ ਦੇ ਅੰਦਰ ਪਰਵਾਨੇ ਜਾਂਦੇ ਨੇ। ਤੇ ਸਤਿਗੁਰ ਮਹਾਰਾਜ ਨੇ ਨਿਰਣਾ ਕੀਤਾ ਸੀ ਐ ਮਨੁੱਖ ਤੇਰੇ ਵਾਸਤੇ ਤੀਰਥ ਕੀ ਹੈ, ਤੇਰੇ ਵਾਸਤੇ ਤੀਰਥ ਕੀ ਹੈ। ਸਭ ਕਹਿਣ ਲੱਗੇ ਤੀਰਥ ਉਸ ਮਾਲਕ ਦਾ ਨਾਮ ਹੈ, ਉਸ ਮਾਲਕ ਦਾ ਨਾਮ ਤੀਰਥ ਹੈ। ਜੇ ਤੂੰ ਮਾਲਕ ਦਾ ਨਾਮ ਜਪੇਗਾ ਅਸਲ ਦੇ ਵਿੱਚ ਇਹੀ ਤੇਰਾ ਤੀਰਥ ਹੈ, ਤੂੰ ਮਾਲਕ ਦੇ ਨਾਮ ਦੇ ਨਾਲ ਜੁੜ ਜਾ। ਪਰ ਬਾਬਾ ਅਮਰਦਾਸ ਅਜੇ ਗੁਰਮਤਿ ਦੀ ਭੰਗੂੜੀ ਭੰਗੂੜੇ ਵਿੱਚ ਨਹੀਂ ਆਏ, ਉਹਨਾਂ ਨੇ ਗੁਰਮਤਿ ਨਹੀਂ ਸਿੱਖੀ। ਜਿਹਦਾ ਕਾਰਨ ਇਹ ਬਣਿਆ ਕਿ ਬਾਬਾ ਅਮਰਦਾਸ ਆਮ ਦੁਨੀਆਂ ਦੇ ਲੋਕ ਜਿਵੇਂ ਤੀਰਥਾਂ ਦੇ ਉੱਤੇ ਇਸ਼ਨਾਨ ਕਰਦੇ ਸਨ ਉਵੇਂ ਤੀਰਥਾਂ ਦੇ ਉੱਤੇ ਇਸ਼ਨਾਨ ਹਰ ਦੁਆਰ ਹਰ ਰੋਜ਼ ਜਾਣਾ, ਹਰ ਸਾਲ ਜਿਹੜਾ ਸੀ ਉਹ ਜਾਣਾ। 20 ਸਾਲ ਲਗਾਤਾਰ ਇਹ ਮੈਂ ਹਰਿਦੁਆਰ ਦੀ ਯਾਤਰਾ ਉਹਨਾਂ ਨੇ ਕੀਤੀ। ਇਤਿਹਾਸ ਦੱਸਦਾ ਹੈ ਕਿ ਆਖਰ ਜਦੋਂ 20ਵੇਂ ਸਾਲ 20ਵੀਂ ਵਾਰੀ